अज राजपुरा शंभू बार्डर दे शंभू थाना दे मुखी सरदार गुरमीत सिंह दी अगवाई हेठ लगातार चल रही चैकिंग दौरान अज बाहर तो आने वाली गड्डियां ते बसां दी चैकिंग की गई तां जो किसी शरारती अंसर ते नशीले पदार्थों की खेप उत्ते ठल पाई जा सके। ते होर की कुछ कहना रहा थाना मुखी सरदार गुरमीत सिंह दा, आओ वेखदे आं पूरी खबर। राजपुरा तो जतिंदर लक्की की खास रिपोर्ट, लाइव इंडिया न्यूज 24। ਸੰਭੂ ਬੈਰੀਅਲ ਤੇ ਨਾਕਾ ਲਗਾਤਾਰ ਜਾਰੀ ਹੈ ਤੁਹਾਡਾ, ਕੀ ਪ੍ਰੋਗਰੈਸ ਹੈ ਇੱਥੇ, ਕੀ ਅਫਸਰਾਂ ਦਾ ਕਹਿਣਾ ਕਿ ਕੀ ਤੁਹਾਨੂੰ ਬਰਾਮਦ ਹੋਇਆ ਹੁਣ ਤੱਕ? ਮਾਣਯੋਗ SSP ਸ਼੍ਰੀ ਦੀਪਕ ਪਾਰਿਕ ਜ਼ਿਲ੍ਹਾ ਪਟਿਆਲਾ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਦੇ ਅਨੁਸਾਰ ਇਹ ਸੰਭੂ ਬੈਰੀਅਰ 'ਤੇ ਸਾਡਾ ਨਾਕਾ ਪਿਛਲੇ ਕਾਫੀ ਸਮੇਂ ਤੋਂ 24 ਘੰਟੇ ਚਾਲੂ ਹੈ ਅਤੇ ਅੱਗੇ ਵੀ ਇਹ ਲਗਾਤਾਰ ਚਾਲੂ ਰਹੂਗਾ। ਉਹਨਾਂ ਨੇ ਦਿੱਤੀਆਂ ਹਦਾਇਤਾਂ ਮੁਤਾਬਕ ਇੱਥੇ ਰੋਜ਼ ਚੈਕਿੰਗ ਹੁੰਦੀ ਹੈ। ਅਸੀਂ ਕੋਈ ਵੀ ਇਹੋ ਜਿਹੀ ਕੋਈ ਗਤੀਵਿਧੀ, ਸਮਾਜ ਵਿਰੋਧੀ ਕੋਈ ਅਨਸਰ ਜੋ ਸਾਡੀ ਸਟੇਟ ਵਿੱਚ ਦੂਜੀਆਂ ਸਟੇਟਾਂ ਤੋਂ ਕੋਈ ਦਾਖਲ ਨਾ ਹੋਵੇ, ਅਸੀਂ ਅਚਨਚੇਤ ਚੈਕਿੰਗ ਵੀ ਕਰਦੇ ਹਾਂ, ਗੱਡੀਆਂ ਚੈੱਕ ਕਰਦੇ ਹਾਂ, ਆਉਣ ਵਾਲੇ ਵਹੀਕਲ, ਬੱਸਾਂ ਸਾਰਿਆਂ ਦੀ ਰੂਟੀਨ 'ਚ ਚੈਕਿੰਗ ਹੁੰਦੀ ਹੈ। ਅਸੀਂ ਇੱਥੋਂ ਕਾਫੀ ਵਾਰੀ ਸਾਨੂੰ ਬਹੁਤ ਵੱਡੀਆਂ ਮਾਤਰਾ ਦੇ ਵਿੱਚ ਨਸ਼ੇ ਦੀ ਰਿਕਵਰੀ ਹੋਈ ਹੈ ਅਤੇ ਅੱਗੇ ਵੀ ਇਹ ਜਾਰੀ ਰਹੂਗੀ। ਅਤੇ ਜਿਹੜੀ ਇਹ ਚੈਕਿੰਗ ਹੈ ਕਿਸੇ ਇਨਫੋਰਮੇਸ਼ਨ 'ਤੇ ਕੀਤੀ ਜਾਂਦੀ ਹੈ, ਡੇਲੀ ਰੂਟੀਨ ਚੈਕਿੰਗ ਹੈ? ਨਹੀਂ, ਇਹ ਡੇਲੀ ਰੂਟੀਨ 'ਚ ਸਾਡਾ 24 ਘੰਟੇ ਦਾ ਨਾਕਾ ਹੈਗਾ, ਇਹ ਡੇਲੀ ਰੂਟੀਨ 'ਚ ਲਗਾਤਾਰ ਹੀ ਚੈਕਿੰਗ ਚੱਲਦੀ ਰਹਿੰਦੀ ਹੈ। ਕਿੰਨੇ ਕੁ ਵਹੀਕਲਾਂ ਦੀ ਜਿਹੜੀ ਇੱਕ ਦਿਨ 'ਚ ਚੈਕਿੰਗ ਹੋ ਜਾਂਦੀ ਹੈ? ਇੱਥੇ ਅਸੀਂ ਕਾਫੀ ਸੈਕਿੰਡ ਦੇ ਹਿਸਾਬ ਨਾਲ ਹੀ ਵਹੀਕਲ ਚੈੱਕ ਕਰਦੇ ਹਾਂ, ਬੱਸਾਂ, ਛੋਟੀਆਂ ਕਾਰਾਂ, ਮੋਟਰਸਾਈਕਲ, ਜੋ ਵੀ ਸਾਡੀ ਸਟੇਟ ਦੇ ਵਿੱਚ ਵਹੀਕਲ ਦਾਖਲ ਹੋ ਰਿਹਾ ਤਕਰੀਬਨ ਅਸੀਂ ਮੋਸਟਲੀ 50% ਵਹੀਕਲ ਚੈੱਕ ਕਰਦੇ ਹਾਂ। ਪਿਛਲੇ ਹਫ਼ਤੇ ਦੀ ਹੋਈ ਚੈਕਿੰਗ ਦੌਰਾਨ ਕੋਈ ਵੱਡੀ? ਅਸੀਂ ਪਿਛਲੇ ਹਫ਼ਤੇ ਹੀ ਅਸੀਂ ਇੱਕ ਤੰਜਾਨੀਆ ਤੋਂ ਅਫਰੀਕਨ ਲੇਡੀਜ਼ ਫੜੀ ਸੀ, ਜਿਹੜੀ ਤੰਜਾਨੀਆ ਕੰਟਰੀ ਨੂੰ ਬਿਲੋਂਗ ਕਰਦੀ, ਜਿਹਦੇ ਤੋਂ 50 ਗ੍ਰਾਮ ਚਿੱਟਾ ਹੈਰਨ ਅਸੀਂ ਬਰਾਮਦ ਕੀਤੀ ਹੈ। ਉਸ ਤੋਂ ਪਹਿਲਾਂ ਵੀ ਕਾਫੀ ਰਿਕਵਰੀਆਂ ਪੌਪੀ, ਹਸਕ, ਅਫੀਮ ਸਾਰਿਆਂ ਦੀਆਂ ਸਾਡੀਆਂ ਇੱਥੇ ਚੱਲਦੀਆਂ ਨੇ ਲਗਾਤਾਰ। ਅਤੇ ਅੱਗੇ ਦਾ ਕੀ ਪਲਾਨ ਹੈ ਸਰ? ਅੱਗੇ ਵੀ ਸਾਡੀ ਅਸੀਂ ਇਸ 'ਤੇ ਹੋਰ ਵੀ ਸਖਤੀ ਵਧਾ ਰਹੇ ਹਾਂ, ਹੋਰ ਵੀ ਇਸ ਨੂੰ ਇੰਪਰੂਵਮੈਂਟ ਦੇ ਰਹੇ ਹਾਂ ਕਿ ਕੋਈ ਵੀ ਨਸ਼ੀਲਾ ਪਦਾਰਥ ਇਸ ਨਾਕੇ ਦੇ ਥਰੂ ਪੰਜਾਬ ਵਿੱਚ ਐਂਟਰ ਨਾ ਕਰੇ। अब उपलब्ध है 1100 प्लस डिजिटल केबल नेटवर्क पर, एन एंड्रॉइड बेस्ड DTH स्मार्ट सेटअप बॉक्स, सभी OTT प्लेटफॉर्म, 24 घंटे लाइव देखिए हमारे सोशल मीडिया पेजेस पर।